पंजाब टुडे देखने वाले दर्शकों का स्वागत है। मैं हाँ डॉक्टर जिंदर सिंह। पंजाब दे विच 20 फरवरी नूं होईआं विधानसभा दीआं चोणां तों बाद हुण सारिआं नूं ठीक एक दिन बाद आउण वाले नतीजिआं दा बेसब्री नाल इंतजार है। 10 मार्च नूं पंजाब दीआं विधानसभा चोणां दे नतीजे सामने आउण वाले हन, जिस करके आम लोकां दीआं वी दिल दीआं धड़कणां वधदीआं जा रहीआं हन। इस तों पहिलां जेकर गल बीती शाम दी करीए तां लंघी शाम नूं वख-वख न्यूज़ चैनलां अते न्यूज एजेंसियों वालों करवाए गए एग्जिट पोल के नतीजे सामने आए सन, जिस दे विच पंजाब दे विच आम आदमी पार्टी की सरकार बनन के दावे किए गए हैं। एग्जिट पोलों की मनी जाए तो पंजाब दे विच आप दा झाड़ू चलिया है ते कांग्रेस ते श्रोमणी अकाली दल इस तों हेठां रहीआं हन, तो उन्होंने वड्डा झटका मिलन की संभावना जताई गई है। हालांकि एग्जिट पोल एक अनुमान हुंदे हन, मुकम्मल नतीजे नहीं हन। मुकम्मल नतीजे 10 मार्च नूं ही आउणे हन, जिस करके लोकां नूं 10 मार्च नूं आउण वाले इन्हां नतीजिआं दी बेसब्री नाल उड़ीक है। पर जेकर गल इन्हां एग्जिट पोल दे नतीजिआं दी कीती जावे तां एग्जिट पोल दे नतीजिआं तों बाद पंजाब दे वड्डे सियासी नेतावां नूं कंबनी छिड़ी हुई है। तुहानूं दस दईए कि पंजाब टूडे चैनल वल्लों लगातार वख-वख हलकिआं विच वी चोणां नाल संबंधित सर्वेखण करवाए गए सन, लोकां नाल गल्लबात कीती गई सी। उस विच वी इह वेखण नूं मिलिआ सी कि लोकां वल्लों आम आदमी पार्टी दे हक दे विच ज़्यादा गल्लबात कीती गई सी, पर ज़्यादातर थावां ते कांटेदार मुकाबले भी वेखण नूं मिले सन। हुण देखण वाली गल इह होवेगी कि 10 मार्च नूं जो नतीजे आउणे हन उह इन्हां एग्जिट पोलां दे नाल किवें फिट बैठदे हन, जां फिर एग्जिट पोल उन्हां दे उल्ट साबित हुंदे हन। अज इस सारे मामले ते गल्लबात करांगे साडे सीनियर पत्रकार गुरदासपुर तों ब्यूरो चीफ हरजीत सिंह आलम दे नाल कि उन्हां दा नजरिया पंजाब दे विच बीती शाम जो वख-वख चैनलां ते एजेंसियां वल्लों एग्जिट पोल दिखाए गए हन उह की सोचदे हन, आओ देखदे हां। आलम साहब, पंजाब टुडे च तुहाडा निघा स्वागत है। कल जिहड़े एग्जिट पोल दे नतीजे आए हन उसने पंजाब दे वड्डे वड्डे नेतावां नूं जिहड़ी सियासी कंबनी छेड़ी होई है, तुसीं इसे बारे की कहना चाहोगे? ਰਜਿੰਦਰ ਵਾਕਿਆ ਸਹੀ ਗੱਲ ਹੈ, ਐਗਜਿਟ ਪੋਲ ਨੇ ਤੇ ਪੂਰਾ ਪੰਜਾਬ ਵੀ ਹਿਲਾ ਕੇ ਰੱਖ ਦਿੱਤਾ ਤੇ ਰਾਜਸੀ ਪਾਰਟੀਆਂ ਤੇ ਬਹੁਤ ਸੋਚਾਂ ਪੈ ਗਈਆਂ, ਸੋਚਾਂ 'ਚ ਪੈ ਗਈਆਂ ਕਿ ਇਹ ਵਾਪਰਿਆ ਕੀ ਹੈ। ਤੇ ਪਰ ਰਜਿੰਦਰ ਇਹ ਤੁਸੀਂ ਇਹਦੀ ਤਾਂ ਕਹਿ ਸਕਦੇ ਕਿ ਇਹਦਾ ਇਹ ਅਸਰ ਸੀ, ਇਹ ਤਾਂ ਆ ਹੀ ਰਿਹਾ ਸੀਗਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਅੱਜ ਆ ਜਾ ਵਾ। ਤੇ ਮੈਨੂੰ ਤੇ ਮਤਲਬ ਕੋ ਮੈਂ ਤੇ ਇਸ ਤੇ ਬਿਲਕੁਲ ਕਲੀਅਰ ਇਹ ਸਿੱਖੀ ਸੀ ਇਹ ਤੋਂ ਕਿ ਕਾਂਗਰਸ ਵਾਲੀ ਹੈ ਆਮ ਆਦਮੀ ਪਾਰਟੀ ਆ ਉਹ ਕਲੀਅਰ ਕੱਟ ਖੜੇਗੀ ਇਹ ਬਹੁਮਤ। ਕਿਉਂਕਿ ਮੈਂ ਕੁਛ ਦਿਨ ਪਹਿਲਾਂ ਚੰਦਰ ਬੇਲਾ ਨੇ ਸਰਵੇ ਪ੍ਰਿੰਟ ਪੋਸਟ ਪਾਈ ਸੀ ਫੇਸਬੁੱਕ ਤੇ, ਉਹਦੇ ਮੈਂ ਲਿਖਿਆ ਸੀ ਕਿ ਮੈਂ ਜਿਹਨਾਂ ਵੀ ਬੰਦਿਆਂ ਨੂੰ ਕਿੰਨਾ ਮੁੰਡਾ ਜਾ ਕੇ ਮਿਲਿਆ ਉਹਦੇ ਵਿੱਚੋਂ ਜੇ 30 ਬੰਦਿਆਂ ਨੂੰ ਮਿਲਿਆ ਤੇ ਹੁਣ 28 ਬੰਦਿਆਂ ਨੇ ਕਿਹਾ ਕਿ ਤੁਹਾਨੂੰ ਵੋਟ ਪਾਈ ਆ। ਏਡਾ ਅੰਡਰਟਨ ਸੀਗਾ ਜ਼ਬਰਦਸਤ ਇਹਦਾ ਆਮ ਆਦਮੀ ਪਾਰਟੀ ਦਾ ਕਿ ਅਖੀਰਲੇ ਜਿਹੜੇ ਦੋ ਤਿੰਨ ਦਿਨ ਲਾ ਕੇ ਉਦੋਂ ਲੋਕਲ ਹੋਏ ਬੰਦੇ ਜਾ ਕੇ ਉਦੋਂ ਲੋਕ ਉਦੋਂ ਪਤਾ ਚੱਲ ਗਿਆ ਵੀ ਬਿਲਕੁਲ ਓਪਨ ਹੋ ਗਏ ਸੀ ਸਾਰੇ ਜੇ ਕਿ ਅਸੀਂ ਵੋਟ ਪਾਈਏ ਝਾੜੂ ਜੀ। ਇਸ ਕਰਕੇ ਬਹੁਤ ਅਣਕਿ ਐਸਾ ਨਹੀਂ ਗਾ ਜਿਹੜੇ ਉਹਨਾਂ ਨੂੰ ਝਟਕਾ ਲੱਗਿਆ ਤੇ ਉਹਨਾਂ ਨੂੰ ਝਟਕਾ ਲੱਗਣੇ ਆ, ਕਿਉਂਕਿ ਇਹ ਰਾਜਸੀ ਪਾਰਟੀਆਂ ਨੂੰ ਤੇ ਉਹਨਾਂ ਦੀ ਸਮੇਟੀ ਖਤਮ ਹੋ ਜਾਂਦਾ ਉਹਨਾਂ ਦੇ ਹੋਇਆ ਰਿਜ਼ਲਟ ਆਉਂਦਾ ਉਹਦੇ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਹੈ ਐਗਜਿਟ ਪੋਲ ਉਹ ਮੈਨੂੰ ਕੋਈ ਹੈਰਾਨੀ ਨਹੀਂ ਹੈਗੀ ਕਿ ਇਹ ਐਸਾ ਆਮ ਜਿਹੜਾ ਉਹਨੂੰ ਸੋਚਿਆ ਜਾ ਸਕਦਾ ਸੀ ਕਿ ਇਹਨੂੰ ਇਸ ਤਰ੍ਹਾਂ ਦਾ ਰਿਜ਼ਲਟ ਆ ਸਕਦਾ। ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹ ਇਸ ਐਗਜਿਟ ਪੋਲ ਦੇ ਨਤੀਜਿਆਂ ਨੂੰ ਸਹੀ ਨਹੀਂ ਮੰਨ ਰਹੀਆਂ, ਉਹ ਕਹਿ ਰਹੀਆਂ ਕਿ ਅਸਲੀ ਨਤੀਜੇ ਤੇ 10 ਤਰੀਕ ਨੂੰ ਆਉਣੇ ਆ ਤੇ ਸਾਰੀਆਂ ਪਾਰਟੀਆਂ ਆਪ ਆਪਣੇ ਦਾਅਵੇ ਕਰ ਰਹੀਆਂ ਕਿ ਸਾਡੀ ਸਰਕਾਰ ਬਣਨ ਜਾ ਰਹੀ ਹੈ, ਇਹਨੂੰ ਕਿਸ ਤਰ੍ਹਾਂ ਲੈਂਦੇ? ਔਰ ਮੈਂ ਨਾਲ ਹੀ ਦੂਜਾ ਸਵਾਲ ਮੇਰਾ ਇਹ ਹੈ ਕਿ ਜਦੋਂ ਪਿਛਲੀਆਂ ਚੋਣਾਂ ਸਨ ਉਦੋਂ ਵੀ ਇਹ ਵੇਖਣ ਨੂੰ ਮਿਲਿਆ ਸੀਗਾ ਕਿ ਆਮ ਆਦਮੀ ਪਾਰਟੀ ਦੀ ਬੜੀ ਹਵਾ ਸੀ, ਬੜੀ ਵੇਵ ਸੀ ਤੇ ਐਗਜਿਟ ਪੋਲ ਵੀ ਉਹਨਾਂ ਦੇ ਹੱਕ 'ਚ ਹੀ ਆਏ ਸਨ, ਪਰ ਜਦੋਂ ਚੋਣਾਂ ਦੇ ਅਸਲ ਨਤੀਜੇ ਆਏ ਸਨ ਤਾਂ ਸਿਰਫ 20 ਸੀਟਾਂ ਹੀ ਮਿਲੀਆਂ ਸਨ। ਤੇ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਇਸ ਵਾਰ ਕੁਛ ਉਲਟ ਫੇਰ ਹੋਵੇਗਾ ਜਾਂ ਫਿਰ ਵਾਕਈ ਜੋ ਐਗਜਿਟ ਪੋਲ ਆ ਗਿਆ ਉਹ ਸੇਮ ਐਜ ਹੋ ਸਕਦਾ? ਨਹੀਂ ਰਜਿੰਦਰ, ਇਸ ਤਰ੍ਹਾਂ ਕਿ ਪਿਛਲੀ ਵਾਰੀ ਵੀ ਉਹਨਾਂ ਦੇ ਚਲੋ ਠੀਕ ਸਾਰਿਆਂ ਨੇ ਐਗਜਿਟ ਪੋਲ ਜਿਹੜੇ ਸੀ ਸੀਟਾਂ ਦਿੱਤੀਆਂ ਸੀ ਜ਼ਿਆਦਾ ਉਹਨਾਂ ਨੂੰ, ਪਰ ਰਿਜ਼ਲਟ ਉਸ ਤਰ੍ਹਾਂ ਨਹੀਂ ਸੀ ਆਏ। ਪਰ ਇਸ ਵਾਰ ਜਿਹੜੀ ਸਥਿਤੀ ਬਹੁਤ ਬਦਲੀ ਹੋਈ ਆ, ਪਿਛਲੀ ਵਾਰੀ ਜਿਹੜੀਆਂ ਗਲਤੀਆਂ ਕੀਤੀਆਂ ਸੀਗੀਆਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ, ਇਸ ਵਾਰ ਉਹਨਾਂ ਨੂੰ ਮਤਲਬ ਦੂਰ ਕੀਤਾ ਗਿਆ, ਦੁਹਰਾਇਆ ਨਹੀਂ ਗਿਆ। ਤੇ ਦੂਸਰਾ ਸਭ ਤੋਂ ਵੱਡਾ ਫੈਕਟਰ ਜਿਹੜਾ ਮੈਂ ਸਮਝਦਾ ਕਿ ਜਿਹੜੀ ਇਹ ਫੇਰ ਬਿਲਕੁਲ ਇੱਕ ਐਡੀ ਵੱਡੀ ਚੱਲੀ ਆ ਉਹਦੇ ਆਪਦੇ ਹੱਥ ਵਿੱਚ, ਉਹਦਾ ਵੱਡਾ ਫੈਕਟਰ ਤੇ ਮੈਨੂੰ ਲੱਗਦਾ ਕਿ ਜਿਹੜਾ ਇਹਨਾਂ ਨੇ ਸੀਐਮ ਦਾ ਚਿਹਰਾ ਐਲਾਨ ਕਰਨਾ ਭਗਵੰਤ ਮਾਨ ਨੂੰ, ਭਗਵੰਤ ਮਾਨ ਦਾ ਇਮੇਜ ਸਾਰੇ ਲੋਕਾਂ ਵਿੱਚ ਬਹੁਤ ਵਧੀਆ, ਪਾਰਟੀ ਵਿੱਚ ਵੀ, ਆਮ ਲੋਕਾਂ ਵਿੱਚ ਵੀ, ਉਹਦੇ ਕਰਕੇ ਜਿਹੜੀ ਹੈ ਐਡਾ ਵੱਡਾ ਜਿਹੜੀ ਹੈ ਉਹ ਬਦਲਾਅ ਆਉਣ ਦੀ ਸੰਭਾਵਨਾ ਬਣੀ ਪਈ। ਪਰ ਦੂਸਰੇ ਪਾਸੇ ਜੇਕਰ ਗੱਲ ਕਰੀਏ ਕਾਂਗਰਸ ਦੀ ਤਾਂ ਕਾਂਗਰਸ ਨੇ ਵੀ ਤਾਂ ਸੀਐਮ ਚੰਨੀ ਦਾ ਚਿਹਰਾ ਜਿਹੜਾ ਇੱਕ ਵਾਰ ਪ੍ਰਮੋਟ ਕਰਕੇ ਕੋਸ਼ਿਸ਼ ਕੀਤੀ ਹੈ ਕਿ ਕਾਂਗਰਸ ਦੇ ਜਿਹੜੇ ਚੰਗੀ ਦਿੱਖ ਵਿਖਾਈ ਜਾਵੇ ਤੇ ਦੁਬਾਰਾ ਕਾਂਗਰਸ ਰਿਪੀਟ ਕੀਤੀ ਜਾਵੇ, ਪੰਜਾਬ ਦੇ ਵਿੱਚ ਸਰਕਾਰ ਲਿਆਂਦੀ ਜਾਵੇ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਭਗਵੰਤ ਮਾਨ ਦੇ ਮੁਕਾਬਲੇ ਚੰਨੀ ਥੋੜਾ ਪਿੱਛੇ ਰਹਿ ਗਏ ਨੇ?
ਨਹੀਂ ਰਜਿੰਦਰ, ਇਹ ਪੰਜਾਬ ਆ ਜਿਹੜਾ ਇਹਦਾ ਬਿਲਕੁਲ ਵੱਖਰੀ ਸਭਿਅਤਾ, ਵੱਖਰਾ ਇਤਿਹਾਸ ਆ। ਪੰਜਾਬ ਵਿੱਚ ਕਦੇ ਵੀ ਜਿਹੜੇ ਆ ਨਾ ਫਿਰਕਾ ਪ੍ਰਸਤੀ ਏਦਾਂ ਨਹੀਂ ਨਜ਼ਰ ਆਉਂਦੀ ਸਾਹਮਣੇ ਤੌਰ ਤੇ, ਨਾ ਕਦੀ ਇਸ ਤਰ੍ਹਾਂ ਹੋਇਆ ਕਿ ਇੱਕ ਫਿਰਕਾ ਜਿਹੜਾ ਕਿਸੇ ਪਾਰਟੀ ਨਾਲ ਬੱਝਿਆ ਹੋਇਆ, ਤੇ ਸਾਰੀਆਂ ਜਿਹੜੀਆਂ ਹਰ ਫਿਰਕਾ ਜਿਹੜਾ ਹਰ ਪਾਰਟੀ ਨੇ ਬੱਝਿਆ ਹੋਇਆ। ਇਹ ਜਿਵੇਂ ਪਤਾ ਨੀ ਵੀ ਸਿੱਖ ਆ ਜਿਹੜੇ ਅਕਾਲੀ ਦਲ ਨੇ ਬੱਝੇ ਹੋਇਆ, ਸਿੱਖ ਵੀ ਸਾਰੀਆਂ ਪਾਰਟੀਆਂ ਨਾਲ ਬੱਝੇ ਹੋਏ ਆ, ਇਸੇ ਕਰਕੇ ਜਿਹੜੇ ਸਟੂਕਾ ਸਪੋਰਟ ਆ ਇਹ ਸਾਰੀਆਂ ਪਾਰਟੀਆਂ ਨੂੰ ਬੱਝੇ ਹੋਏ ਆ, ਇਹਦੇ ਨਾਲ ਕੋਈ ਫਰਕ ਨੀ ਪਿਆ। ਕਾਂਗਰਸ ਪਾਰਟੀ ਨੂੰ ਉਹਨਾਂ ਨੇ ਐਸੀ ਕਿਹਾ ਦਿੱਤਾ ਸੀ। ਇੱਕ ਬੜਾ ਵੱਖਰਾ ਸਵਾਲ ਹੈ ਕਿ ਜਿਵੇਂ ਮੰਨ ਲਿਆ ਜਾਵੇ ਜੇਕਰ ਐਗਜ਼ਿਟ ਪੋਲ ਦੇ ਨਤੀਜੇ ਸੇਮ ਅਸਲ ਨਤੀਜਿਆਂ ਨਾਲ ਮੈਚਿੰਗ ਹੁੰਦੇ ਆ ਤੇ ਕਾਂਗਰਸ ਦੂਸਰੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਤੀਸਰੇ ਨੰਬਰ ਤੇ ਆਉਂਦਾ ਹੈ, ਤਾਂ ਸ਼੍ਰੋਮਣੀ ਅਕਾਲੀ ਦਲ ਦੀ ਇਹ ਸਥਿਤੀ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿ ਪਿਛਲੇ 5 ਸਾਲ ਵੀ ਸੱਤਾ ਤੋਂ ਬਾਹਰ ਰਹੇ, ਅੱਗੋਂ ਫਿਰ ਜੇਕਰ ਏਦਾਂ ਦੀ ਕੋਈ ਚੀਜ਼ ਹੁੰਦੀ ਹੈ ਤਾਂ ਅਕਾਲੀ ਦਲ ਲਈ ਅਗਲਾ ਫਿਊਚਰ ਕਿੱਦਾਂ ਦਾ, ਭਵਿੱਖ 'ਚ ਅਕਾਲੀ ਦਲ ਨੂੰ ਕੀ ਕਰਨ ਦੀ ਲੋੜ ਪਏਗੀ? ਦੇਖੋ ਸੁਰਿੰਦਰ, ਇਸ ਤਰ੍ਹਾਂ ਕਿ ਜਿਹੜਾ ਉਹ ਬੇਅਦਬੀ ਹੈ ਨਾ ਜਿਹੜੀ, ਉਹ ਰੱਖਣਾ ਵੀ ਅੱਜ ਤੱਕ ਬੇਅਦਬੀ ਹੈ ਅਕਾਲੀ ਦਲ ਦਾ। ਜੇ ਪਿਛਲੀ ਵਾਰ ਵੀ ਜਿਹੜੀ ਅਸੀਂ ਅਕਾਲੀ ਦਲ ਸੀ ਐਸ ਕਿ ਬਾਹਰੀ ਦੂਰ ਉੱਪਰ ਸਾਹਮਣੇ ਨੇ ਕਿ ਪ੍ਰਚਾਰ ਨਹੀਂ ਕੀਤਾ, ਪਰ ਅੰਦਰ ਖਾਤੇ ਸੀਗਾ ਕਿ ਲੋਕੀ ਇਹਨਾਂ ਨੂੰ ਜ਼ਿੰਮੇਵਾਰ ਮੰਨਦੇ ਆ ਕਿ ਪੰਜਾਬ ਅੰਦਰ ਜਿਹੜੇ ਆਪਣੇ ਇਹਨਾਂ ਨੇ ਬੇਅਦਬੀ ਹੋਈ ਸੀ ਉਹਦੇ ਲਈ ਇਹਨੂੰ ਜ਼ਿੰਮੇਵਾਰ ਉਠਾਉਂਦੇ ਆ, ਇਸ ਕਰਕੇ ਇਹਨਾਂ ਨੇ ਆਪਣੇ ਦੀ ਲੋਕਾਂ ਨੇ ਇਹਨਾਂ ਦੀ ਨਹੀਂ ਚੁਣਿਆ, ਇਸ ਕਰਕੇ ਇਹਨਾਂ ਨੂੰ ਮੈਨੂੰ ਲੱਗਾ ਹੁਣ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਵੇਗੀ ਅਕਾਲੀ ਦਲ ਨੂੰ, ਪਿੰਡਾਂ ਵਿੱਚ ਜਾ ਕੇ ਆਪਣਾ ਪੱਖ ਭਰਨਾ ਪਵੇਗਾ, ਕਲੀਅਰ ਕਰਨਾ ਪਵੇਗਾ, ਜਾਂ ਜਿਹੜੇ ਕੇਸ ਜਿੰਨਾ ਚਿਰ ਜਿਹੜੇ ਕੋਰਸ ਚੱਲ ਰਹੇ ਨੇ ਤਾਂ ਉਹ ਕਿਸੇ ਪਾਸੇ ਨਹੀਂ ਲੱਗਦੇ, ਤੇ ਇਸ ਕਰਕੇ ਜਿਹੜੀਆਂ ਉਹ ਇਹਨਾਂ ਦਾ ਜਿਹੜਾ ਭਵਿੱਖ ਬਹੁਤਾ ਚੰਗਾ ਮੈਨੂੰ ਨਜ਼ਰ ਨਹੀਂ ਆ ਰਿਹਾ। ਜਿਹੜੇ ਐਗਜ਼ਿਟ ਪੋਲ ਦੇ ਨਤੀਜੇ ਆਏ ਉਸ ਤੋਂ ਬਾਅਦ ਜਿਹੜੇ ਇਹਨਾਂ ਦੀਆਂ ਦੂਜੀਆਂ ਪਾਰਟੀਆਂ ਦੇ ਲੀਡਰ ਨੇ ਉਹ ਕਹਿੰਦੇ ਨੇ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਜਾਂ ਉਹਨਾਂ ਨਾਲ ਸੰਬੰਧਿਤ ਕੁਝ ਲੋਕ ਹੁੰਦੇ ਹਨ ਉਹ ਮੋਸਟਲੀ ਸੜਕਾਂ ਤੇ ਵੋਕਲ ਜ਼ਿਆਦਾ ਵਿਖਾਈ ਦਿੰਦੇ ਹਨ, ਜਿਸ ਕਰਕੇ ਜਿਹੜੇ ਓਪੀਨੀਅਨ ਪੋਲ ਜਾਂ ਐਗਜ਼ਿਟ ਪੋਲ ਅਕਸਰ ਹੀ ਇਹਨਾਂ ਦੀ ਫੇਵਰ 'ਚ ਆਉਂਦੇ ਆ ਪਰ ਰਿਜ਼ਲਟ ਕੁਝ ਹੋਰ ਨਿਕਲ ਆਉਂਦੇ ਆ, ਤੁਸੀਂ ਇਹਨਾਂ ਕਿੰਨਾ ਕੁ ਮੰਨਦੇ ਹੋ ਇਹ 'ਚ ਸੱਚਾਈ ਹੈ? ਨਹੀਂ ਬਿਲਕੁਲ ਸਹੀ ਹੈਗੇ, ਕਿਉਂਕਿ ਹੁਣ ਇਸ ਵਾਰੀ ਜਿਹੜੇ ਆਮ ਤੌਰ ਤੇ ਸਾਰੇ ਆਪਾਂ ਸਾਰੇ ਦੇਸ਼ ਵਿੱਚ ਚੱਲ ਰਿਹਾ, ਸਾਰੇ ਦੇਸ਼ਾਂ 'ਚ ਚੱਲਦੇ ਆ, ਤੇ ਕਦੇ ਵੀ ਨਹੀਂ ਇਸ ਤਰ੍ਹਾਂ ਹੁੰਦਾ ਕਿ ਉਹਨਾਂ ਦੇ ਕੋਈ ਮਤਲਬ ਵਿਸ਼ਵਾਸ ਹੀ ਨਾ ਕਰੇ। ਆਮ ਤੌਰ ਤੇ ਜਿਹੜੇ ਐਗਜ਼ਿਟ ਪੋਲ ਆ ਬਿਲਕੁਲ ਠੀਕ ਹੁੰਦੇ ਆ, ਤੇ ਇਹ ਜਿਹੜੇ 25 ਬੰਗਾਲ ਦੇ ਦੇਖ ਲਓ ਤੁਸੀਂ, ਹੋਰ ਜਿਹੜੇ ਸੂਬਿਆਂ 'ਚ ਆਉਣਾ ਹੋਏ ਸੀਗੇ, ਤੇ ਇਸ ਕਰਕੇ ਸਿਰਫ ਪੰਜਾਬ ਦੀ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਪਿਛਲੀ ਵਾਰੀ ਦਾ ਜਿਹੜਾ ਟੱਪਾ ਲੱਗਾ ਉਹਦੇ ਕਰਕੇ ਇਹਨੂੰ ਕਹਿ ਰਹੇ ਆ, ਅਦਰਵਾਈਜ਼ ਇਹੋ ਜਿਹੀ ਕੋਈ ਗੱਲ ਨਹੀਂ, ਅਸੀਂ ਵੀ ਪਿੰਡਾਂ 'ਚ ਘੁੰਮ ਕੇ ਦੇਖਦੇ ਰਹੇ ਹਾਂ। ਤੇ ਬੀਜੇਪੀ ਦੇ ਨੇਤਾ ਇਹ ਪਹਿਲਾਂ ਹੀ ਮੰਨ ਚੁੱਕੇ ਨੇ ਵੈਸੇ, ਤੇ ਕਈ ਲੀਡਰ ਤੇ ਦਾਵਾ ਕਰਦੇ ਆ ਕਿ ਸਾਡੀ ਸਰਕਾਰ ਬਣੇਗੀ, ਪਰ ਜ਼ਿਆਦਾਤਰ ਜਿਹੜੇ ਲੀਡਰ ਉਹ ਇਹ ਕਹਿ ਰਹੇ ਆ ਕਿ ਸਾਡੀ ਸੀਟਾਂ ਦੀ ਕੁਝ ਹੋ ਸਕਦਾ ਪਰ ਸਾਡੀ ਪਰਸੈਂਟੇਜ ਵੱਧ ਜਾਏਗੀ ਵੋਟਿੰਗ ਦੀ, ਇਹਨੂੰ ਕਿੱਦਾਂ ਲੈਂਦੇ ਹੋ ਤੁਸੀਂ? ਦੇਖੋ ਇਹ ਦੇਖੋ ਜੀ, ਜਿਹੜਾ ਮੈਂ ਇੱਕ ਗੱਲ ਰਹਿ ਗਈ ਸੀ ਵਿੱਚ ਕਰਨ ਵਾਲੀ, ਉਹ ਪਿੱਛੇ ਮੈਂ ਕਹਿਣੀ ਚਾਹੀਦੀ ਸੀਗੀ ਕਿ ਜਿਹੜਾ ਆਪਣੇ ਜਿਹੜਾ ਹੈਗਾ ਨਾ ਜਿਹੜਾ ਬਦਲਾਵ ਚੱਲਿਆ ਜਿਹੜਾ ਹਨੇਰੀ ਚੱਲੀ ਹੈ ਜਿਹੜੀ ਪੰਜਾਬ ਦੇ ਵੀ ਇੱਕ ਸਾਲ ਜਿਹੜੀ ਦਿੱਲੀ ਦੇ ਬਾਦਸ਼ਾਹ ਸਰਹੱਦਾਂ ਤੇ ਕਿਸਾਨ ਬੈਠੇ ਸੀ ਨਾ, ਉਹਦੇ ਨਾਲ ਜਿਹੜੀ ਲੋਕਾਂ ਦੀ ਰੰਗ ਯੂਥ ਵਿੱਚ ਜਾਂ ਹੋਰ ਡਾਕਟਰ ਤੇ ਔਰਤਾਂ 'ਚ ਆਈ ਹੈ ਚੇਂਜ ਆਈ ਹੈ ਜਾਂ ਚੇਤਨ ਹੋਈ, ਸੋਚ ਉਹਨਾਂ ਦੀ ਡਿਵੈਲਪ ਹੋਈ ਹੈ, ਪੋਲੀਟੀਕਲ ਤੌਰ ਤੇ ਡਿਵੈਲਪ ਹੋਇਆ, ਉਸ ਕਰਕੇ ਜਿਹੜਾ ਉਹਨਾਂ ਦੀ ਸੋਚ ਤਬਦੀਲੀ ਆਈ ਹੈ, ਉਹ ਵੀ ਇਹਦੇ 'ਚ ਬਹੁਤ ਵੱਡਾ ਕਾਰਨ ਬਣਿਆ ਹੈ ਕਿਸਾਨ ਅੰਦੋਲਨ, ਜਿਹਨਾਂ ਨੇ ਇਹਦੇ ਹੱਕ ਵਿੱਚ ਇੰਨੀ ਹਵਾ ਚੱਲਣ ਦਾ ਜਿਹੜਾ ਉਹ ਕਾਰਨ ਬਣਿਆ। ਤੇ ਇੱਕ ਮੇਰਾ ਲਾਸਟ ਸਵਾਲ ਇਹ ਹੈ ਕਿ ਇਹਨਾਂ ਚੋਣਾਂ ਦੇ ਦੌਰਾਨ ਹੀ ਦੀਪ ਸਿੱਧੂ ਦੀ ਵੀ ਮੌਤ ਹੋਈ ਹੈ, ਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਵੀ ਲੋਕਾਂ ਦਾ ਕਾਫੀ ਉਲਾਰ ਵੇਖਣ ਨੂੰ ਮਿਲਿਆ, ਉਹਨਾਂ ਦੀ ਆਪਣੀ ਸੀਟ ਅਮਰਗੜ੍ਹ ਦੇ ਵਿੱਚ ਵੀ ਦੀਪ ਸਿੱਧੂ ਦੇ ਜਿਹੜੇ ਸਮਰਥਕ ਸਨ ਉਹਨਾਂ ਨੇ ਅਪੀਲ ਕੀਤੀ ਸੀ ਕਿ ਉਹਨਾਂ ਨੂੰ ਸਾਥ ਦਿੱਤਾ ਜਾਵੇ, ਤੁਹਾਨੂੰ ਕੀ ਲੱਗਦਾ ਹੈ ਕਿ ਉਹਦਾ ਕੁਝ ਇਹਦੇ 'ਚ ਅਸਰ ਪਏਗਾ? ਨਹੀਂ ਮੈਨੂੰ ਲੱਗਦਾ ਨੀ ਖਾਸ ਪੈਣਾ ਉਹਦਾ, ਤੇ ਤੁਹਾਡਾ ਮਤਲਬ ਕਹਿਣ ਦਾ ਕਿ ਆਪਣੇ ਸਿਮਰਜੀਤ ਮਾਨ ਦੀ ਜੇਤਾਰ 'ਚ? ਹਾਂਜੀ ਨਹੀਂ ਜ਼ਿਆਦਾ ਫਰਕ ਨਹੀਂ ਪਏਗਾ ਕੋਈ, ਮੈਨੂੰ ਨਹੀਂ ਲੱਗਦਾ। ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡੇ ਨਾਲ ਦੁਬਾਰਾ ਵੀ ਆਪਾਂ ਚੋਣਾਂ ਦਾ ਹੁਣ ਇੱਕ ਦਿਨ ਬਾਕੀ ਬਚਿਆ ਗੱਲਬਾਤ ਕਰਦੇ ਰਹਾਂਗੇ, ਤੁਹਾਡਾ ਧੰਨਵਾਦ ਜੀ ਪੰਜਾਬ ਨਾਲ ਗੱਲਬਾਤ। ਥੈਂਕ ਯੂ, ਸ਼ੁਕਰੀਆ ਬਹੁਤ ਬਹੁਤ ਤੁਹਾਡਾ। ਹਾਂਜੀ, ਸੋ ਇਹ ਸਨ ਗੁਰਦਾਸਪੁਰ ਤੋਂ ਸਾਡੇ ਬਿਊਰੋ ਚੀਫ ਹਰਜੀਤ ਸਿੰਘ ਆਲਮ, ਜਿਨ੍ਹਾਂ ਨੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ ਕਿ ਜਿਹੜੇ ਐਗਜ਼ਿਟ ਪੋਲ ਦੇ ਨਤੀਜੇ ਹਨ ਉਹਨਾਂ ਦਾ, ਆਉਣ ਵਾਲੇ ਜਿਹੜੇ ਇੱਕ ਦਿਨ ਬਾਅਦ ਨਤੀਜੇ ਹਨ ਉਹਨਾਂ 'ਤੇ ਕਿੰਨਾ ਕੁ ਆਪਸ ਦੇ ਵਿੱਚ ਤਾਲਮੇਲ ਫਿੱਟ ਬੈਠਦਾ ਹੈ, ਕਿ ਅਸਲੀ ਨਤੀਜੇ ਜਿਹੜੇ ਉਹ ਐਗਜ਼ਿਟ ਪੋਲ ਦੇ ਨਾਲ ਮੈਚਿੰਗ ਹੁੰਦੇ ਹਨ ਜਾਂ ਨਹੀਂ। ਹਾਲਾਂਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਲੋਕਾਂ ਦੇ ਵਿੱਚ ਜਾ ਕੇ ਵਿਚਰੇ ਸਨ, ਲੋਕਾਂ ਦੇ ਨਾਲ ਗੱਲਬਾਤ ਕੀਤੀ ਸੀ, ਤਾਂ ਜ਼ਿਆਦਾਤਰ ਅੰਡਰ ਕਰੰਟ ਜਿਹਨੂੰ ਕਿਹਾ ਜਾ ਸਕਦਾ ਹੈ ਉਦੋਂ ਵੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹੀ ਵੇਖਣ ਨੂੰ ਮਿਲਿਆ ਸੀ, ਪਰ ਅਸੀਂ ਇਸ ਗੱਲ ਦੀ ਫਿਲਹਾਲ ਪੁਸ਼ਟੀ ਨਹੀਂ ਕਰਦੇ, ਆਉਣ ਵਾਲਾ ਸਮਾਂ ਦੱਸੇਗਾ। ਸਿਰਫ ਇੱਕ ਦਿਨ ਦਾ ਦਿਨ ਬਾਕੀ ਹੈ, 10 ਮਾਰਚ ਤੋਂ ਬਾਅਦ ਤਸਵੀਰ ਬਿਲਕੁਲ ਸਾਫ਼ ਹੋ ਜਾਏਗੀ ਕਿ ਪੰਜਾਬ ਦੇ ਵਿੱਚ ਹੁਣ ਕਿਸ ਦੀ ਸਰਕਾਰ ਬਣਨ ਜਾ ਰਹੀ ਹੈ।